CEN News, देश प्रदेश की ताजा तरीन खबरों के लिए CEN News को सब्सक्राइब करें और रहें पल पल की खबर से हर पल बाखबर। नमस्कार, मैं हूं राज पांडे, आप देख रहे हैं CEN News। आइए देखते हैं आज की खास खबर। हथियारों के साथ लैस होकर नौजवानों की ओर से घर में दाखिल होकर चाचा भतीजा को जख्मी करने का मामला सामने आया है। पीड़ित की पहचान निर्मल सिंह और उसके भतीजे सरबजीत सिंह सौरव के रूप में हुई है। जानकारी देते हुए सज्जन सिंह के बेटे जसविंदर सिंह ने बताया कि कुछ दिन पहले पतंग उड़ाने को लेकर सुंदर नगर के रहने वाले एक युवक के साथ उसके भतीजे कर्ण पुत्र निर्मल सिंह के साथ उसका विवाद हो गया था। उसका भतीजा सोमवार रात करीब 7 बजे बाजार गया था। सोनू, वीरू, बॉबी और जतिन जो सुंदर नगर के थे, उन्होंने हंसली वाले गुरुद्वारे के पास रोक कर पीटा। जब मैंने उनसे पिटाई का कारण पूछा तो उन्होंने बहस करना शुरू कर दी। मैं अपने भतीजे के साथ घर वापस आ गया। रात लगभग 9 बजे कुछ जवान हथियारों से लैस होकर हमारे घर आए और जैसे ही उन्होंने अभद्रता की, मेरे भाई निर्मल सिंह और भतीजे सरबजीत सिंह सौरभ पर धारदार हथियार से हमला कर दिया और दोनों को घायल कर दिया। जब मेरी भाभी गुरमीत कौर और भाई जगदार सिंह उन्हें बचाने के लिए आए तो हमलावर ने हम पर भी हमला किया और पीटने के बाद धमकी दी और भाग निकले। कृष्णा नगर अमरकोट गली नंबर 2 ਦਾ ਰਹਿਣ ਵਾਲਾ ਹੈ। ਨਾਂ ਕੀ ਤੁਹਾਡਾ? ਮੈਂ 9:30 ਛੁੱਟੀ ਕਰਕੇ ਘਰ ਆਂਦਿਆ ਹੈਗਾ। ਇਹ ਮੇਰੇ ਛੋਟੇ ਭਰਾ ਦੇ ਚਪੇੜਾ ਮਾਰਿਆ ਇਹਨਾਂ ਨੇ। ਕਿੰਨਾ ਨੇ? ਵੀਰੂ ਨਹੀਂ ਗਏ, ਬਦਮਾਸ਼ ਹੈਗੇ ਮੱਲੇ ਦੇ। ਚਲੋ ਇਹਨਾਂ ਦਾ ਕੰਮ ਤੋਂ ਲਿਆ ਨਹੀਂ ਦਿਆ ਹੈਗਾ। ਅਚਾਰੇ ਭਰਾ ਪੈ ਗਏ ਮੇਰੇ ਛੋਟੇ ਭਰਾ ਦੇ ਹੱਥੀ। ਵੀਰੂ ਬੋਵੀ ਤੇ ਇੱਕ ਚੁੰਝ ਜਗਾਏ ਗੁੱਡੀ ਤੋਂ ਇਹਨਾਂ ਦਾ ਮਾੜਾ ਜਿਹਾ ਕਲੇਸ਼ ਪਿਆ। ਇਹਨਾਂ ਨੇ ਮੇਰੇ ਛੋਟੇ ਭਰਾ ਦੇ ਚਪੇੜਾ ਮਾਰੀਆਂ ਆ ਕੇ। ਮੈਂ ਹਾਲੇ ਆਇਆ ਹੀ ਹਾਂ, ਮੇਰੇ ਭਰਾ ਦੇ ਹੱਥੀ ਪੈ ਗਏ। ਮੈਂ ਹਾਲੇ ਦੁਕਾਨ ਤੋਂ ਆਇਆ ਹੀ ਹਾਂ, ਗੱਡੀ ਲਾਈ ਐਕਟਿਵਾ, ਇਹਨਾਂ ਨੇ ਮੇਰੇ ਸੱਟਾਂ ਲਾ ਦਿੱਤੀਆਂ ਆਉਂਦਿਆਂ ਸਾਰੀ। ਮਹੱਲੇ ਘਰੇ ਡੱਬਾ ਨਹੀਂ ਰੱਖਿਆ ਭਾਜੀ। ਕਾਹਦੇ ਨਾਲ ਮਾਰੀਆਂ ਸੱਟਾਂ? ਦਾਤਰ ਮਾਰੇ ਇਹਨਾਂ ਨੇ, ਮਗਰ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਹਾਲੇ ਦਾਤਰ ਮਾਰੇ ਨਹੀਂ ਲੱਗੇ। ਮੈਂ ਹੱਥ 'ਚ ਫੜ ਲਿਆ। ਉਹ ਜਿਹੜਾ ਵੱਡਾ ਬਦਮਾਸ਼ ਹੈਗਾ ਸੀ ਨਾ, ਉਹ ਮੈਨੂੰ ਇਹਨਾਂ ਨੇ ਛੋਟੇ ਭਰਾ ਨੇ ਮੈਨੂੰ ਵਾਲਾ ਤੋਂ ਫੜ ਲਿਆ, ਚਿੱਟਾ ਵੇਚਦੇ ਭਾਜੀ ਆ। ਭਾਜੀ ਮੇਰਾ ਨਾਮ ਸਾਜਨ ਸਿੰਘ, ਆਪਾਂ ਕ੍ਰਿਸ਼ਨ ਨਗਰ ਅਮਰਕੋਟ ਗਲੀ ਨੰਬਰ 2, ਡੈਡੀ ਦਾ ਨਾਮ ਜਸਵਿੰਦਰ ਸਿੰਘ ਜੀ। ਤਾਂ ਥੋੜ੍ਹੇ ਦਿਨ ਪਹਿਲੇ ਮੇਰੇ ਛੋਟੇ ਭਰਾ ਨਾਲ ਹਦਰਾਏ, ਮੇਰੇ ਛੋਟੇ ਭਰਾ ਨਾਲ ਗੁੱਡੀ ਤੋਂ ਕੋਈ ਅਣਬਣ ਹੋਈ, ਭਤੀਜੇ ਮੇਰੇ ਨਾਲ ਗੁੱਡੀ ਤੋਂ ਕੋਈ ਗੱਲ ਹੋਈ, ਅੱਜ ਤੋਂ ਪਰਸੋਂ ਦੀ ਗੱਲ ਹੈ। ਅਤੇ ਅੱਜ ਉਹਨੂੰ ਚੌਂਕ 'ਚ ਖਿਲਾਰ ਕੇ ਭਾਜੀ 4-5 ਮੁੰਡਿਆਂ ਨੇ ਚਪੇੜਾਂ ਮਾਰੀਆਂ, ਜਿਨ੍ਹਾਂ ਦੇ ਨਾਂ ਵੀਰੂ ਜਤਿਨ ਸੋਨੂ ਬੋਵੀ, 4 ਭਰਾ, ਇਹਨਾਂ ਨੇ 4 ਗੁੰਡਾਗਰਦੀ ਕੀਤੀ, ਇਹਨੂੰ ਚਪੇੜਾਂ ਮਾਰੀਆਂ। ਅਤੇ ਸਾਡੇ ਕੋਲ ਘਰ ਆਇਆ, ਆਪਾਂ ਉਹਨਾਂ ਨੂੰ ਪੁੱਛਣ ਵਾਸਤੇ ਗਏ ਹਾਂ ਕਿ ਇਹਦੇ ਨਾਲ ਕੀ ਗੱਲਬਾਤ ਹੋਈ। ਪੁੱਛ ਕੇ ਆਪਾਂ ਘਰ ਆ ਕੇ ਬੈਠੇ ਹਜੇ, ਅਤੇ ਮੁੰਡੇ ਲੈ ਕੇ ਸਾਡੇ ਘਰ ਆ ਕੇ ਪੈ ਗਿਆ, ਸਾਡੇ ਘਰਦਿਆਂ 'ਤੇ ਹਮਲਾ ਕੀਤਾ। ਮੇਰੇ ਭਰਾ ਦੇ ਨਿਰਮਲ ਸਿੰਘ, ਮੇਰੇ ਭਤੀਜਾ ਸਰਬਜੀਤ ਸਿੰਘ, ਉਹਨੇ ਸੱਟਾਂ ਮਾਰਦੀਆਂ, ਦਾਤਣ ਮਾਰਦੇ ਉਹਨਾਂ ਦੇ। ਭਾਜੀ ਆ ਗੁੰਡਾਗਰਦੀ ਕਿੱਦਾਂ ਦੀ ਕਰਦੀ? ਸਾਡੇ ਮਾਂ ਭੈਣ ਨੂੰ ਗਾਲਾਂ ਕੱਢੀਆਂ, ਹੱਥੀ ਪਏ ਆ ਗਏ, ਸਾਡੀਆਂ ਮਾਂ ਭੈਣਾਂ ਨੂੰ ਗਾਲਾਂ ਕੱਢਣ ਦੇ ਆ। ਦੱਸੋ ਕਿੰਨੀ ਕੁ ਦੇਰ ਤੱਕ ਇਹਨਾਂ ਧੱਕਾ ਸਹੀ ਜਾਵਾਂਗੇ? ਕਿੰਨੇ ਬੰਦੇ ਗਏ ਭਾਜੀ? 5-6 ਜਾਣੇ ਗਏ ਸੀ, 4 ਜਾਣੇ ਇਹਦਾ ਨਾਂ ਪਤਾ ਵਾ, ਬਾਕੀਆਂ ਦਾ ਨਾਂ ਦਾ ਨਹੀਂ ਪਤਾ ਭਾਜੀ, ਅਣਪਛਾਤੇ ਸੀ। 4 ਜਾਣੇ, 3 ਭਰਾ ਸੀ ਆ, ਵੀਰੂ, ਸੋਨੂੰ ਅਤੇ ਬੋਵੀ, ਇੱਕ ਨਾਂ ਜਤਿਨ। ਆ 4 ਜਾਣੇ ਸੀ, ਇੱਕ ਜਤਿਨ ਇਹਦਾ ਭਰਾ ਨਹੀਂ ਗਾ। ਅਤੇ ਬਾਕੀ ਭਾਜੀ ਘਰ ਆ ਕੇ ਸੱਟਾਂ ਮਾਰ ਕੇ ਗਏ, ਸਾਡੀ ਜਨਾਨੀਆਂ ਸੱਟਾਂ ਮਾਰ ਕੇ ਗਏ, ਸਾਡੇ ਸੱਟਾਂ ਮਾਰ ਕੇ ਗਏ ਆ। ਮੇਰੇ ਭਾਜੀ ਨਿਰਮਲ ਸਿੰਘ, ਮੇਰਾ ਭਤੀਜਾ ਸਰਬਜੀਤ ਸਿੰਘ, ਅਤੇ ਭਾਜੀ ਸਾਡੇ ਵੀ ਲੱਗੀ ਆ, ਲੇਕਿਨ ਸਾਡੇ ਸੋਰੀ ਸਾਡੇ ਘੱਟ ਗਈ ਆ, ਸਾਡੇ ਘਰ ਦਾ ਨੁਕਸਾਨ ਕੀਤਾ। ਸਰ ਜਿਹੜੀ ਲੜਾਈ ਹੋਈ ਸੀ ਮਾਮਲਾ ਸੀ ਯਾਰ, ਮਾਮਲਾ ਇਹਨਾਂ ਦਾ ਨਾ ਗੁੱਡੀ ਚੜ੍ਹਾਉਣ ਤੋਂ ਬੱਚਿਆਂ ਤੋਂ ਲੜਾਈ ਹੋਈ ਸੀ, ਅਤੇ ਜਿਹੜਾ ਇਹਨਾਂ ਨੇ ਬਾਅਦ ਵਿੱਚ ਸਾਜਨ ਹੋਣਾ ਨੇ ਅਤੇ ਵੀਰੂ ਨੇ ਅਤੇ ਵੀਰੂ ਦੇ ਭਰਾ ਸੀ, ਇਹਨਾਂ ਨੇ ਸੱਟਾਂ ਉਹਨਾਂ ਨੂੰ ਮਾਰੀਆਂ ਸੀਗੀਆਂ। ਜਿਹੜਾ ਨਿਰਮਲ ਸਿੰਘ ਦੇ ਬਿਆਨਾਂ 'ਤੇ ਪਰਚਾ ਦਰਜ ਕਰਤਾ ਵਾ, ਅਗਲੀ ਜਿਹੜੀ ਡਾਕਟਰਾਂ ਨੇ ਕੁਛ ਅੰਡਰ ਐਕਸਰੇ ਸੱਟਾਂ ਰੱਖੀਆਂ, ਅੰਡਰ ਸੈਕਟਰ ਸੱਟਾਂ ਦੀਆਂ ਜਿਹੜੀ ਵੀ ਰਿਪੋਰਟ ਫਾਈਨਲ ਆਏਗੀ ਉਹਦੇ ਆਧਾਰ 'ਤੇ ਜਿਹੜੀ ਵੀ ਕਾਰਵਾਈ ਬਣਦੀ ਹੈ ਉਸ ਤੋਂ ਕਲੀਅਰ ਕਰੇ। ਕਿੰਨੇ ਬੰਦਿਆਂ ਦੇ ਪਰਚਾ ਦਰਜ? 4 ਬੰਦਿਆਂ ਦੇ ਪਰਚਾ ਦਰਜ। ਗ੍ਰਿਫਤਾਰੀ ਅਜੇ ਕੋਈ ਨਹੀਂ, ਇਹਦੇ ਪਰਚਾ 23-24 ਦੇ ਵਿੱਚ ਦਰਜ ਹੋਇਆ। ਜਿਹੜੀ ਅੰਡਰ ਐਕਸਰੇ ਸੱਟਾਂ ਰੱਖੀਆਂ ਉਹਦੇ ਆਧਾਰ 'ਤੇ ਜਦੋਂ ਵੀ ਡਾਕਟਰ ਵੱਲੋਂ ਫਾਈਨਲ ਓਪੀਨੀਅਨ ਮਿਲੇਗੀ ਉਹਦੇ ਹਿਸਾਬ 'ਤੇ। ਠੀਕ।